ਅੱਛਾ ਕੁਝ ਲੋਕ ਵੀ ਤੁਹਾਡਾ ਇੰਤਜ਼ਾਰ ਕਰ ਰਹੇ ਬੜੀ ਦੇਰ ਦੇ ਮਿਲਣ ਦਾ। ਅੱਛਾ ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ। ਕਿੱਦਾਂ ਸਤਿ ਸ਼੍ਰੀ ਅਕਾਲ, ਮਾੜਾ ਮਾੜਾ ਪਛਾਣ ਦਾ ਕਿੱਦਾਂ? ਠੀਕ ਆ, ਸਤਿ ਸ਼੍ਰੀ ਅਕਾਲ ਜੀ, ਕਿੱਦਾਂ ਜੀ? ਠੀਕ ਠਾਕ। ਹੁਣ ਆਪਾਂ ਇੱਥੇ ਆਏ ਹੋ ਆਪਣੇ ਕੀ ਆਪਾਂ ਮਤ ਕਰ ਸਕਦੇ ਤੁਹਾਡੀ? ਮਾਲੀ ਮਤ ਆ? ਹਾਂ ਚਲੋ ਕਰਦੇ ਹਾਂ, ਮੈਂ ਮਲਕੀਰ ਨੂੰ ਕਹਿੰਦਾ ਤੁਹਾਨੂੰ ਦੇ ਦਿੰਦਾ। ਅੱਛਾ ਮੈਂ ਦੇਖ ਰਿਹਾ ਜਿੱਥੇ ਇੱਥੇ ਤੁਸੀਂ ਜਾ ਰਹੇ ਹੋ, ਪਿੰਡ ਵਾਲੇ ਪਹਿਲਾਂ ਲਿਸਟ ਬਣਾਈ, ਕੋਈ ਕਹਿੰਦਾ ਤੀਜ ਦਾ ਮੇਲਾ ਕਰਾਉਣਾ, ਕੋਈ ਕਹਿੰਦਾ ਆਪਣਾ ਹੋਰ ਕੋਈ ਹੈਲਪ ਦੀ ਚਾਹੀਦੀ ਹੈ। ਆਮ ਤੌਰ 'ਤੇ ਬਹੁਤ ਸਾਰੇ ਜਦੋਂ ਫਿਲੰਥਰੋਫੀ ਲਈ ਆਉਂਦੇ ਆ ਨਾ NRIs, ਉਹਨਾਂ ਦੀ ਇੱਕ ਮੋਟਿਵ ਹੁੰਦਾ ਕਿ ਸ਼ਾਇਦ ਜਾਂ ਪੋਲੀਟਿਕਸ ਜਾਣਾ ਹੁੰਦਾ ਜਾਂ ਕੋਈ ਹੋਰ ਕੋਈ ਚੀਜ਼ ਹੁੰਦੀ। ਤੁਸੀਂ ਤੁਹਾਡਾ ਵੀ ਕੋਈ ਮੋਟਿਵ ਤਾਂ ਨਹੀਂ ਇਹੋ ਜਿਹੀ? ਨਾ ਬਿਲਕੁਲ ਨਹੀਂ ਮੋਟਿਵ, ਬਿਲਕੁਲ ਨਹੀਂ, ਇਹ ਤਾਂ ਸੇਵਾ ਵਿੱਚ ਆਪਾਂ ਜੁੜੇ ਹੋਵਾਂ। ਤੁਹਾਡੀ ਸ਼ੁਰੂਆਤ ਇਸ ਘਰ ਤੋਂ ਹੋਈ? ਹਾਂਜੀ, ਇਸ ਘਰ ਤੋਂ ਸ਼ੁਰੂਆਤ ਹੋਈ ਔਰ ਇੱਥੇ ਅਸੀਂ ਖੇਡਦੇ ਹੁੰਦੇ ਨਿੱਕੇ ਹੁੰਦੇ ਬੋਰਡ ਥੱਲੇ। ਅੱਛਾ। ਹਾਂਜੀ, ਸਾਰੇ ਇੱਥੇ ਬੈਠਦੇ ਹੁੰਦੇ ਸੀ, ਨਿਆਣੇ ਇਕੱਠੇ ਹੋ ਕੇ ਸਾਰੇ ਜਾਣੇ। ਆਹ ਸਾਡਾ ਸਕੂਲ ਸੀਗਾ ਜੋ ਅਮਰੀਕਾ ਹੁੰਦਾ ਸੀਗਾ। ਹਾਂ, ਇੱਥੇ ਫਿਰ ਤਾਂ ਐਡਵਾਂਟੇਜ ਬੜੀ ਘਰ ਦੇ ਨਾਲ, ਸਕੂਲ ਘਰ ਟੱਪ ਕੇ ਚਲੇ ਜਾਂਦੇ ਹੋਣੇ ਘਰ ਸੱਜੀ ਜਗ੍ਹਾ ਤੇ ਜਾਂਦੇ ਸੀ। ਸੱਚੀ ਉਹ ਤਾਂ ਸਮਝਦਾ ਦੱਸ ਕਹਿੰਦਾ। ਜਿਵੇਂ ਗੱਲ ਹੋ ਰਹੀ ਸੀ ਕਿ ਠੀਕ ਹੈ ਤੁਸੀਂ ਉੱਥੇ ਇੱਕ ਇੰਪਾਇਰ ਖੜਾ ਕੀਤਾ ਜੀ, ਲੇਕਿਨ ਉਸ ਇੰਪਾਇਰ ਤੱਕ ਪਹੁੰਚਣ ਲਈ ਤਾਂ ਬਹੁਤ ਕੁਛ ਕਰਨਾ ਪੈਂਦਾ ਨਾ, ਕਿਉਂਕਿ ਇੰਨੀ ਸਟਰਗਲ ਤੁਸੀਂ ਦੱਸ ਰਹੇ ਕਿ ਗੋਰਿਆਂ ਨੇ ਲੁੱਟ ਲਿਆ ਤੁਹਾਨੂੰ ਜੀ। ਪਹਿਲਾਂ ਗੋਰਿਆਂ ਨੇ ਹਿੰਦੁਸਤਾਨ ਲੁੱਟਿਆ ਆਜ਼ਾਦੀ ਦੇ, ਮੁੜ ਕੇ ਜਾ ਕੇ 1947 ਦੀ ਜਿਹੜੀ ਸਾਨੂੰ ਮਿਲੀ ਆਜ਼ਾਦੀ ਮਿਲੀ, ਉੱਥੇ ਜਾ ਕੇ ਫਿਰ ਲੁੱਟ ਲਿਆ ਤੁਹਾਨੂੰ। ਉਹ ਤਾਂ ਉਸ ਲਈ ਕੋਈ ਉਮੀਦ ਨਾ ਸੀ ਵੀ ਇੱਦਾਂ ਕੋਈ ਉਸ ਵੇਲੇ ਕੋਈ ਉਸ ਸਮੇਂ ਦੇ ਵਿੱਚ ਜਦੋਂ ਕੰਪਨੀ ਆਪਾਂ ਸਟਾਰਟ ਕੀਤੀ 1984 ਸਪੈਸ਼ਲੀ, ਵੀ ਇੱਦਾਂ ਕੋਈ ਸਾਨੂੰ ਵੀ ਹੋ ਸਕਦੀ ਆ। ਨੈਵਰ ਐਵਰ ਇਮੇਜਿਨ। ਉਹ ਵਹਿਮਟਨ ਸਾਡੇ ਮੇਰੇ ਫਾਦਰ ਸਾਹਿਬ ਮਾਦਰ ਸਾਹਿਬ ਉਹ ਗ੍ਰੇਜੂਏਟ ਰਹਿੰਦੇਗੇ 7-4 ਘੰਟੇ ਦੂਰ। ਫਿਰ ਉਹਨੇ ਮੂਵ ਕੀਤਾ, ਮੈਂ ਕਿਹਾ ਮੇਰੀ ਮਰਜ਼ੀ ਮਤ ਕਰੋ ਹੁਣ, ਅਤੇ ਗੋਰੀ ਮੈਨੇ ਇੱਦਾਂ ਦਾ ਕਰ ਗਿਆ ਵੀ ਉਹਨੇ ਮੇਰੀ ਹੈਲਪ ਕੀਤੀ ਸੀ ਅਗੇਨ, ਯੂ ਨੋ ਲਾਈਕ ਮਦਰ ਐਂਡ ਫਾਦਰ ਦੇ ਵੁੱਡ। ਸੋ ਉਹ ਬਹੁਤ ਬਹੁਤ ਜ਼ਿਆਦਾ ਮੇਰਾ ਪਹਿਲਾਂ ਬਹੁਤ ਜ਼ਿਆਦਾ ਸਟਰਗਲ ਸੀਗਾ, ਕਦੇ ਕੋਈ ਸੋਚ ਵੀ ਨਹੀਂ ਸਕਦਾ ਵੀ ਡਿੱਗ ਕੇ ਦੁਬਾਰਾ ਖੜ੍ਹੇ ਹੋਣਾ ਔਰ ਫਿਰ ਜੀ ਦੌੜਨਾ। ਹਾਂਜੀ, ਕਾਫੀ ਮੁਸ਼ਕਲ ਰਹਿੰਦਾ ਉਹ ਜੀ ਜੀ, ਪਰ ਜਦੋਂ ਇੱਕ ਵਾਰੀ ਹੈ ਨਾ ਮੁੜ ਕੇ ਮਾੜਾ ਜਿਹਾ ਮੈਂ ਪੈਰਾਂ ਖੜਾਇਆ, ਫਿਰ ਹੀ ਮੁੜ ਕੇ ਪਿੱਛੇ ਦੇਖਿਆ। ਫਿਰ ਤਾਂ ਜਸਟ ਹਾਰਡ ਵਰਕ ਸਾ ਬੇਬੀ, ਆਈ ਵਾਜ਼ ਵਰਕਿੰਗ 24 ਘੰਟੇ ਵਿੱਚੋਂ 19-17 ਘੰਟੇ 7 ਡੇਜ਼ ਵੀਕ ਐਜ਼ ਯੂ ਨੋ, ਜਿੱਦਾਂ ਸਾਰਿਆਂ ਨੇ ਬਾਕੀਆਂ ਨੇ ਵੀ ਉੱਥੇ ਸਟਰਗਲ ਕੀਤਾ ਆ, ਪਰ ਉਹ ਜਿਹੜਾ ਸਟਰਗਲ ਸੀਗਾ ਆਪਣਾ ਉਹ ਪੇਅਫ ਹੋ ਗਿਆ। ਅੱਛਾ, ਤੁਸੀਂ ਵਧੀਆ ਕੰਮ ਕੀਤਾ, ਦੌਲਤ ਕਮਾਈ, ਸ਼ੋਹਰਤ ਕਮਾਈ, ਰੁਤਬਾ ਕਮਾਇਆ ਉੱਥੇ, ਠੀਕ ਹੈ। ਉਸ ਤੋਂ ਬਾਅਦ ਆਈਡੀਆ ਕਿਵੇਂ ਆਇਆ ਕਿ ਵਾਪਸ ਪੰਜਾਬ 'ਚ ਜਾ ਕੇ ਕੁਛ ਦੇਣਾ ਪੰਜਾਬ ਨੂੰ, ਕੁਛ ਪੰਜਾਬ ਲਈ ਕਰੀਏ? ਹਾਂਜੀ, ਅੱਗੇ ਵਾਰੀ ਕਈ ਵਾਰੀ ਬਤਾ ਚੁੱਕਾ, ਸਾਡੀ ਮੰਮ ਵੀ ਖੁਆਏ ਹੰਬਲ ਸੀਗੇ ਤਾਂ ਉਹ ਵੀ ਇੱਧਰ ਹੀ ਨੀਚੇ ਦੇ ਸੀਗੇ, ਪਰ ਸੰਤ ਬਾਬਾ ਦਰਸ਼ਨ ਸਿੰਘ ਕੁੱਲੀ ਵਾਲੇ ਅੰਮ੍ਰਿਤਸਰ ਤੋਂ, ਉਹਨਾਂ ਦੀ ਅਸੀਂ ਸੰਗਤ ਘਰ ਲਾ ਪਏ ਸੀਗੇ ਲੌਂਗ ਕਾਫੀ ਸਮਾਂ ਪਹਿਲਾਂ। ਤਾਂ ਉਹ ਹਮੇਸ਼ਾ ਕਹਿੰਦੇ ਤੇ ਕੁੜੀਆਂ ਦਾ ਘਰ ਬਣਾ ਦਿਓ, ਕਿਤਾਬਾਂ ਲੈ ਦਿਓ, ਰਸਤਾ ਬਣਾ ਦਿਓ, ਕੁਛ ਵੀ ਜਿੱਦਾਂ ਇੱਧਰ ਹੋ ਜਾਵੇ ਤਾਂ ਚੰਗਾ ਆ, ਹੈ ਨਾ। ਉਹ ਪਰ ਉਹ ਨਹੀਂ ਲੈਂਦੇ ਸੀਗੇ, ਉਹ ਪੈਸੇ ਨਹੀਂ ਫੜਦੇ ਸੀ ਕਿਸੇ ਤੋਂ ਜੀ, ਦੇ ਵਰ ਨੋਟ। ਤਾਂ ਉਹ ਕਹਿੰਦੇ ਸੇਵਾ ਕਰਨੀ ਆ ਤੁਸੀਂ ਆਪਣੇ ਹੱਥੀਂ ਆਪ ਜਾ ਕਰੋ, ਹੈ ਨਾ। ਸੋ ਵਿਚ 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 ਇਜ਼ ਬਿਗ ਥਿੰਗ, ਨਹੀਂ ਤਾਂ ਨੋਬਲੀ ਪੀਪਲ ਵਿਲ ਯੂ ਨੋ ਕਾਫੀ ਕਹਿੰਦੇ ਚਲੋ ਦੇ ਦਿਓ ਸਾਨੂੰ ਪੈਸੇ ਕੁਛ ਵੀ, ਉਹ ਪੈਸੇ ਨਹੀਂ ਫੜਦੇ ਕਿਸੇ ਤੋਂ, ਹੱਥੀਂ ਜਾ ਕੇ ਸੇਵਾ ਕਰਦੇ ਸੀਗੇ। ਤਾਂ ਉਹ ਵੀ ਦੇਖ ਲਓ, ਮੈਂ ਤੁਹਾਨੂੰ ਦੱਸਿਆ ਸੀਗਾ ਤਾਂ ਜਦੋਂ ਪਹਿਲੀ ਵਾਰੀ ਉਹਨੇ ਮੈਨੂੰ ਸੱਦਿਆ ਸੀਗਾ ਅੰਮ੍ਰਿਤਸਰ ਵਿੱਚ ਰੋਡ ਬਣਾਉਣਾ ਸੀਗਾ, ਤਾਂ ਸਾਡੇ ਘਰਾਂ ਲਾਗੇ ਕੰਮ ਚੱਲਦਾ ਸੀਗਾ, ਉਹ ਨਵਾਂ ਕੰਮ ਮਿਲਿਆ ਸੀਗਾ M6 ਮੋਟਰਵੇ ਕੰਸਟਰਕਸ਼ਨ ਦੇ। ਤਾਂ ਉਹ ਨਵਾਂ ਕੰਮ ਮਿਲਿਆ ਉੱਧਰੋਂ, ਤਾਂ ਉੱਧਰ ਬਾਬੇ ਮੈਨੂੰ ਕਹਿੰਦਾ ਤੁਸੀਂ ਆਓ ਸਾਡਾ ਰੋਡ ਬਣਾਓ, ਸਾਡੇ ਨਾਲ ਰੋਡ ਬਣਾਓ। ਮੈਂ ਕਿਹਾ ਇਹ ਕੰਮ ਨਵਾਂ ਮਿਲਿਆ, ਮੈਂ ਚਲ ਗਿਆ, ਕੰਮ ਤਾਂ ਡਾਊਨ ਹੋ ਜਾਣਾ। ਤਾਂ ਉਹ ਤੋਂ ਬਾਅਦ ਅਸੀਂ ਆ ਗਏ, ਆ ਕੇ ਮੈਂ ਇੱਥੇ ਉਹਨਾਂ ਨਾਲ ਸੇਵਾ ਕੀਤੀ, ਰੋਡ ਬਣਾਇਆ। ਜਦੋਂ ਮੈਂ ਮੁੜ ਕੇ ਗਿਆ ਨਾ, ਬੰਦੇ ਬਹੁਤ ਕੰਮ 'ਤੇ ਵਧਿਓ, ਕੰਮ ਸਾਡਾ ਜ਼ਿਆਦਾ ਹੋਇਆ ਬਹੁਤ। ਫਿਰ ਮਨ ਨੂੰ ਕਿਹਾ ਚਲੋ ਮਹਾਰਾਜ ਦੀ ਕਿਰਪਾ ਹੈਗੀ ਆ, ਜੇ ਤੁਸੀਂ ਚੰਗਾ ਕੋਈ ਕੰਮ ਕਰਦੇ ਹੈ ਨਾ
ਆਟੋਮੈਟਿਕ। ਉਹ ਵੈਸੇ ਵੀ ਕਹਿੰਦੇ ਕਿ ਦਸਵੰਧ ਕੱਢਦੇ ਰੋਡ ਤੇ ਰੱਬ ਆਪ ਹੀ ਖਿਆਲ। ਬਿਲਕੁਲ ਜੀ, ਆਹ ਦੇਖੋ ਸਾਡੇ ਸਾਹਮਣੇ ਜਦੋਂ ਮੈਂ ਮੁੜ ਕੇ ਡਿਲੀਵਰੀ ਵਧੀ ਸਾਡਾ ਠੇਕਾ ਵੀ ਸਾਡਾ ਵਧੀਆ ਸੀਗਾ, ਲੇਕਿਨ ਬਸ ਬਹੁਤ ਆਪਾਂ ਨੂੰ ਜ਼ਿਆਦਾ ਕੰਮ ਦਿੱਤਾ ਸੀ ਉਹਨੂੰ।